ਦੋ ਟਰੱਕਾਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਕਾਰਨ ਇੱਕ ਟਰੱਕ ਦੇ ਪਰਖੱਚੇ ਉੱਡ ਗਏ ਤੇ ਉਸਦਾ ਡਰਾਈਵਰ ਵੀ ਟਰੱਕ ਦੇ ਵਿੱਚ ਹੀ ਫਸ ਗਿਆ ਜਿਸ ਨੂੰ ਕਾਫੀ ਮਸ਼ਕਤ ਦੇ ਬਾਅਦ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਪਰ ਇਸ ਹਾਦਸੇ ਦੇ ਦੌਰਾਨ ਉਸ ਟਰੱਕ ਚਾਲਕ ਨੇ ਆਪਣੀ ਲੱਤ ਨੂੰ ਗਵਾ ਦਿੱਤਾ। ਇਹ ਭਿਆਨਕ ਸੜਕ ਹਾਦਸਾ ਫਾਜ਼ਿਲਕਾ ਦੇ ਵਿੱਚ ਵਾਪਰਿਆ ਹੈ ਜਿੱਥੇ ਦੋ ਟਰੱਕਾਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਟਰੱਕ ਚਾਲਕ ਆਪਣੇ ਟਰੱਕ ਦੇ ਸਟੀਅਰਿੰਗ ਦੇ ਵਿੱਚ ਹੀ ਫਸ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਕਾਫੀ ਮੁਸ਼ਕਤ ਦੇ ਬਾਅਦ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਜਿਸ ਕਾਰਨ ਉਸਦੀ ਇੱਕ ਲੱਤ ਨੂੰ ਵੀ ਕੱਟਣਾ ਪਿਆ। ਇਹ ਭਿਆਨਕ ਹਾਦਸਾ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਉੱਤੇ ਬਾਂਦਾ ਟੀ ਪੁਆਇੰਟ ਦੇ ਕੋਲ ਵਾਪਰਿਆ। ਇਸ ਹਾਦਸੇ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਟਰੱਕ ਪੂਰੀ ਤਰ੍ਹਾਂ ਓਵਰਲੋਡ ਸੀ ਅਤੇ ਸੜਕ ਦੇ ਨਜ਼ਦੀਕ ਇੱਕ ਵੱਡਾ ਦਰਖਤ ਸੀ ਜਿਸ ਕਾਰਨ ਟਰੱਕ ਚਾਲਕ ਨੇ ਜਦੋਂ ਕੱਟ ਮਾਰਿਆ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਉਸਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇੱਕ ਟਰੱਕ ਦਾ ਕਾਫੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਇੱਕ ਟਰੱਕ ਬੀਕਾਨੇਰ ਨੂੰ ਜਾ ਰਿਹਾ ਸੀ ਜਦਕਿ ਦੂਜਾ ਟਰੱਕ ਫਿਰੋਜ਼ਪੁਰ ਦੇ ਵੱਲ ਨੂੰ ਜਾ ਰਿਹਾ ਸੀ। ਹਾਲਾਂਕਿ ਇਸ ਹਾਦਸੇ ਦੇ ਦੌਰਾਨ ਦੂਜੇ ਟਰੱਕ ਚਾਲਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਉਸਦੇ ਟਰੱਕ ਦੇ ਵਿੱਚ ਸੇਬ ਦੀਆਂ ਪੇਟੀਆਂ ਲੱਦੀਆਂ ਹੋਈਆਂ ਸਨ ਜਿਸ ਕਾਰਨ ਉਸਦੀਆਂ ਕਈ ਪੇਟੀਆਂ ਖਰਾਬ ਹੋ ਗਈਆਂ ਜਿਸ ਕਾਰਨ ਉਸਦਾ ਤਕਰੀਬਨ 3 ਲੱਖ ਦਾ ਨੁਕਸਾਨ ਹੋਇਆ। ਪਰ ਇਸ ਹਾਦਸੇ ਤੋਂ ਬਾਅਦ ਸੜਕ ਤੇ ਸੇਬ ਹੀ ਸੇਬ ਵਿਖਰ ਗਏ ਪਰ ਘੋੜਾ ਟਰਾਲੇ ਦਾ ਕਾਫੀ ਨੁਕਸਾਨ ਹੋਇਆ ਅਤੇ ਟਰੱਕ ਚਾਲਕ ਨੂੰ ਵੀ ਆਪਣੀ ਲੱਤ ਗਵਾਉਣੀ ਪਈ ਹੈ। ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਦੇ ਵਿੱਚ ਜੁਟ ਗਈ ਹੈ। फिर ये एकदम से गाड़ी ऐसे आया कि नींद में आ रहा था, पता नहीं कैसे आया, कैसे आया, एकदम से आके लग गया यार। 3 बजे के लगभग हम कोटा जा रहे थे, बैठा सेम भरी हुई है कश्मीर से, तो भी साथ था अपने दादा जी, कुछ नहीं हुई लेकिन गाड़ी का नुकसान हो गया, गाड़ी का नुकसान हो गया। 3 से 4 पेटी खराब हो गई, कल खराब हो गया, ये कोटा रास्ता क्या बोले बाबू जी, सुनवाई तो होती नहीं, क्या करें। कम से कम मेरे गाड़ी का हो गया कम से कम 3 लाख रुपए का, तो और माल का है सामने देखो, चलो फिर चलो सामने चलो, बाकी ये सब कुछ नहीं मिलने वाला है। हाँ वही इधर में जो साथ में गाड़ी है मिलने वाली है, तो बोला इन माल को तो पहले क्रॉसिंग कराओ, बाद में देखेंगे क्या करना है क्या नहीं करना। गाड़ी को तो क्रेन से लेके जाना पड़ेगा, ऐसे नहीं जाएगा, गाड़ी का नुकसान पूरा हो गया। हाँ जी, ये जी कोई सुबह 3:45 करीब इन्हों दोनों गड्डिया का एक्सीडेंट होया। ਇੱਥੇ ਦਰਖਤ ਹੋਣ ਕਾਰਨ, ਜਿਹੜਾ ਦਰਖਤ ਡੇਢਾ ਸੀਗਾ, ਗੱਡੀ ਓਵਰਲੋਡ ਹੋਣ ਕਾਰਨ ਡਰਾਈਵਰ ਨੇ ਕੱਟ ਮਾਰਿਆ, ਸਾਹਮਣੇ ਟਰਾਲਾ ਘੋੜਾ ਟਰਾਲਾ ਆ ਗਿਆ, ਜਿਨ੍ਹਾਂ ਦਾ ਆਪਸੇ 'ਚ ਟੱਕਰ ਹੋਣ ਕਾਰਨ ਨੁਕਸਾਨ ਜ਼ਿਆਦਾ ਹੋਇਆ ਦੋਨਾਂ ਬਾਈ, ਅਤੇ ਡਰਾਈਵਰ ਦੇ ਜਿਹੜੀ ਆ ਲੱਤ ਟੁੱਟ ਚੁੱਕੀ ਹੈ, ਜਿਹਨੂੰ ਹਸਪਤਾਲ ਦਾਖਲ ਕਰਾਇਆ ਗਿਆ, ਅਤੇ ਇਹਨਾਂ ਦਾ ਬਚਾਅ ਆ ਬੀਕਾਨੇਰ ਨੂੰ ਜਾ ਰਿਹਾ। ਦੂਜਾ ਇਹਨਾਂ ਦਾ ਮਾਲ ਲੋਡ ਕਰਨ ਲੱਗੇ ਨੇ ਵਿਚਾਰੇ, ਬ੍ਰੇਕ ਤਾਂ ਹਸਪਤਾਲ ਦਾਖਲਾ SS ਦੀ ਟੀਮ ਆਪਣੀ ਉਹਨਾਂ ਦਾਖਲ ਕਰਾ ਗਈ ਸੁਬਹ, ਅਤੇ ਦੂਸਰਾ ਡਰਾਈਵਰ ਠੀਕ ਆ, ਮੋਰਨਿੰਗ 5:30 ਦਾ ਟਾਈਮ, ਡਰਾਈਵਰ ਇੱਕ ਤਾਂ ਐਡਮਿਟ ਆ ਜੀ ਹੋਸਪਿਟਲ, ਅਤੇ ਦੂਸਰਾ ਡਰਾਈਵਰ ਠੀਕ ਆ ਜੀ।